ਫਰੈਂਡਸ ਵੈਲਕਮ ਇਨ ਉਪਲ ਮੈਥਮੈਟਿਕਸ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ 1 ਵਰਡ ਸਬਸਟੀਟਿਊਸ਼ਨ ਫਾਰ 올 ਕੰਪੀਟੀਸ਼ਨ ਐਗਜ਼ਾਮ ਯਾਨੀ 1 ਵਰਡ ਸਬਸਟੀਟਿਊਸ਼ਨ ਅਕਸਰ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਪੁੱਛਲੇ ਜਾਂਦੇ ਆ ਤਾਂ ਅਸੀਂ ਅੱਜ ਉਹਦਾ ਪਾਰਟ 1 ਲੈ ਕੇ ਆਏ ਆ ਤਾਂ ਸਟਾਰਟ ਕਰਦੇ ਆ ਵੀਡੀਓ ਸਟਡੀ ਆਫ ਹੈਵਨਲੀ ਬਾਡੀ ਮਤਲਬ ਜਿਹੜਾ ਲਾਈਕ ਗ੍ਰਹਿ ਬਾਰੇ ਜਾਂ ਸਟਾਰਸ ਬਾਰੇ ਕੋਈ ਸਟਡੀ ਕਰੇ ਉਹਨੂੰ ਕੀ ਕਹਿੰਦੇ ਆ ਐਸਟਰੋਨੋਮੀ ਐਸਟਰੋਨੋਮੀ ਸਟੱਡੀ ਆਫ ਹੈਵਨਲੀ ਬੋਡੀਜ਼ ਐਸਟ੍ਰੋਨੋਮੀ ਲਾਸ ਆਫ ਮੈਮਰੀ ਜਿਸ ਦੀ ਮੈਮਰੀ ਚਲੀ ਜਾਵੇ ਤਾਂ ਉਸ ਨੂੰ ਆਪਾਂ ਕੀ ਕਹਾਂਗੇ ਲਾਸ ਆਫ ਮੈਮਰੀ ਐਮਨੀਸ਼ੀਆ ਲਾਸ ਆਫ ਮੈਮਰੀ ਨੂੰ ਆਪਾਂ ਕੀ ਕਹੋਲਾਂਗੇ ਐਮਨੀਸ਼ੀਆ ਵਨ ਹੂ ਟੈਂਡਸ ਟੂ ਟੇਕ ਅ ਹੋਪਫੁਲ ਲਾਈਫ ਮਤਲਬ ਜਿਹੜਾ ਹਮੇਸ਼ਾ ਪੋਜ਼ਿਟਿਵ ਰਹੇ ਹਮੇਸ਼ਾ ਹੋਪਫੁਲ ਰਹੇ ਕਿਸੇ ਵੀ ਕੰਮ ਦੇ ਵਿੱਚ ਪੋਜ਼ਿਟਿਵ ਹੋਵੇ ਤਾਂ ਉਹਨੂੰ ਆਪਾਂ ਕੀ ਕਹਾਂਗੇ ਆਪਟੀਮਿਸਟ অপটিমিস্ট ਜਿਹੜਾ ਹਾਲ ਟਾਈਮ ਪੋਜ਼ਿਟਿਵ ਰਹਿੰਦਾ ਉਹਨੂੰ ਆਪਾਂ ਕੀ ਬੋਲਾਂਗੇ অপਟੀਮਿਸਟ ਬਿਲੋਂਗਿੰਗ ਆਫ 올 ਪਾਰਟਸ ਆਫ ਦਾ ਵਰਲਡ ਜਿਹੜਾ ਵਰਲਡ ਦੇ ਹਰੇਕ ਪਾਰਟ ਨੂੰ ਬਿਲੋਂਗ ਕਰੇ ਵਰਲਡ ਜਾਂ ਕੰਟੀਨੈਂਟ ਜਾਂ ਹਰੇਕ ਦੇਸ਼ ਨੂੰ ਬਿਲੋਂਗ ਕਰੇ ਤਾਂ ਉਹਨੂੰ ਆਪਾਂ ਕੀ ਬੋਲਾਂਗੇ ਯੂਨੀਵਰਸਲ ਯੂਨੀਵਰਸਲ ਟੂ ਬੀ ਨਾਉਨ ਫਾਰ ਬੈਡ ਐਕਟਸ ਹੁਣ ਜਿਵੇਂ ਆਪਾਂ ਕਈ ਬੰਦੇ ਹੁੰਦੇ ਆ ਕੋਈ ਵੀ ਗਲਤ ਕੰਮ ਹੁੰਦਾ ਆਪਾਂ ਨੂੰ ਉਹਦਾ ਨਾਮ ਯਾਦ ਆ ਜਾਂਦਾ ਜਿਹੜਾ ਹਰੇਕ ਗਲਤ ਕੰਮਾਂ ਦੇ ਲਈ ਠੀਕ ਆ ਜਾਣਿਆ ਜਾਂਦਾ ਹੋਵੇ ਤਾਂ ਉਹਨੂੰ ਆਪਾਂ ਕੀ ਬੋਲਾਂਗੇ ਨੋਟੋਰੀਅਸ ਨੋਟੋਰੀਅਸ ਸਮਥਿੰਗ ਦੈਟ ਕਾਸ ਡੈਥ ਮਤਲਬ ਜਿਸ ਕਾਰਨ ਕਰਕੇ ਡੈਥ ਹੋ ਜਾਂਦੀ ਹੈ ਕੋਈ ਬਿਮਾਰੀ ਜਾਂ ਕੋਈ ਇਨਫੈਕਸ਼ਨ ਤਾਂ ਉਹਨੂੰ ਆਪਾਂ ਕੀ ਬੋਲਦੇ ਆ ਫੈਟਲ ਫੈਟਲ ਦਾ ਟਾਈਮ ਬੀਟਵੀਨ ਮਿਡਨਾਈਟ ਐਂਡ ਨੂਨ ਮਤਲਬ ਰਾਤ ਅੱਧੀ ਰਾਤ ਤੇ ਦੁਪਹਿਰ ਦੇ ਵਿੱਚ ਜਿਹੜਾ ਟਾਈਮ ਆ ਉਹਨੂੰ ਕੀ ਬੋਲਦੇ ਆ ਉਂਝ ਆਪਾਂ ਉਹਨੂੰ ਬੋਲਦੇ ਆ ਏ ਐਮ ਏ ਐਮ ਦੀ ਫੁੱਲ ਫਾਰਮ ਹੁੰਦੀ ਹੈ ਐਂਟੀ ਮੈਡਰਨ ਟਾਈਮ ਮੈਡਰਨ ਦਾ ਹਾਈਐਸਟ ਪੁਆਇੰਟ ਜਿਹੜਾ ਹਾਈਐਸਟ ਪੁਆਇੰਟ ਹੋਵੇ ਟੌਪ ਪੁਆਇੰਟ ਉਹਨੂੰ ਆਪਾਂ ਕੀ ਬੋਲਦੇ ਆ ਜੈਨਿਤ ਜੈਨਿਤ ਰਿਲੀਜ਼ ਆਫ ਅ ਪ੍ਰिजनर ਫਰਮ ਜੇਲ ਔਨ ਸਰਟਨ ਟਾਈਮ ਐਂਡ ਕੰਡੀਸ਼ਨ ਯਾਨੀ ਇੱਕ ਕੈਦੀ ਨੂੰ ਕੁਝ ਸਮੇਂ ਦੇ ਲਈ ਕੁਝ ਸ਼ਰਤਾਂ ਦੇ ਲਈ ਜੇਲ੍ਹ ਚੋਂ ਕੱਢਿਆ ਜਾਂਦਾ ਤਾਂ ਉਸ ਉਸ ਨੂੰ ਕੀ ਬੋਲਦੇ ਆ ਪੈਰੋਲ ਮਤਲਬ ਆਪਾਂ ਜਾਣੀ ਜਾਂਦੇ ਆ ਪੈਰੋਲ ਤੇ ਬਾਹਰ ਆ ਗਏ ਅਕਸਰ ਆਪਾਂ ਨਿਊਜ਼ਪੇਪਰ ਚ ਪੜ੍ਹਦੇ ਰਹਿੰਦੇ ਆ ਵਨ ਹੂ ਡਸ ਨਾਟ ਮੇਕ ਮਿਸਟੇਕ ਜਿਹੜਾ ਕਦੇ ਮਿਸਟੇਕ ਨਹੀਂ ਕਰਦਾ ਇਨਫੈਲੀਬਲ ਜਿਹੜਾ ਕਦੇ ਮਿਸਟੇਕ ਨਹੀਂ ਕਰਦਾ ਇਨਫੈਲੀਬਲ ਵਨ ਹੂ ਹੇਟਸ ਊਮਨ ਉਹ ਜੋ ਔਰਤਾਂ ਨਾਲ ਨਫ਼ਰਤ ਕਰਦਾ ਹੈ ਉਸ ਨੂੰ ਕੀ ਕਹਿੰਦੇ ਹਨ ਮਿਸਗਾਇਨਿਸਟ ਮਿਸੋਗਾਇਨਿਸਟ ਮਿਸੋਗਾਇਨਿਸਟ ਅ ਕਯੂਰ ਫੋਰ 올 ਡਿਸੀਜ਼ ਅ ਕਯੂਰ ਫੋਰ 올 ਡਿਸੀਜ਼ ਪੈਨਿਸ਼ੀਆ ਵਨ ਹੂ ਕੈਨੋਟ ਸਪੀਕ ਉਹ ਜੋ ਨਹੀਂ ਬੋਲ ਸਕਦਾ ਵਨ ਹੂ ਕੈਨੋਟ ਸਪੀਕ ਡੰਪ ਟੂ ਲੁੱਕ ਐਟ ਸਮਵਨ ਇਨ ਐਨ ਐਂਗਰੀ ਵੇ ਕਿਸੇ ਵੱਲ ਗੁੱਸੇ ਦੀ ਨਜ਼ਰ ਨਾਲ ਵੇਖਣਾ ਟੂ ਲੁੱਕ ਐਟ ਸਮਵਨ ਇਨ ਐਂਗਰੀ ਵੇ ਗਲੋਰ ਗਲੋਰ ਪਲੇਸ ਥੈਟ ਪ੍ਰੋਵਾਈਡ ਰਿਫਿਊਜੀ ਮਤਲਬ ਉਹ ਜਗ੍ਹਾ ਜਿੱਥੇ ਰਿਫਿਊਜੀਆਂ ਨੂੰ ਜਗ੍ਹਾ ਦਿੱਤੀ ਜਾਂਦੀ ਹੈ ਐਸਲਮ ਮਤਲਬ ਲਾਇਕ ਜਾਂ ਦੂਜੇ ਦੇਸ਼ ਤੋਂ ਆਏ ਰਫੂਜੀ ਆ ਉਹਨਾਂ ਨੂੰ ਠੀਕ ਹੈ ਰੱਖਣ ਵਾਸਤੇ ਜਗ੍ਹਾ ਦਾ ਨਾਮ ਕੀ ਹੈ ਐਸਲਮ ਆਰਟ ਆਫ ਰਾਈਟਿੰਗ ਫਾਰ ਨਿਊਜ਼ਪੇਪਰ ਐਂਡ ਮੈਗਜ਼ੀਨਸ ਇਹ ਤਾਂ ਬਿਲਕੁਲ ਈਜ਼ੀ ਹੈ ਮੈਗਜ਼ੀਨ ਦੇ ਵਿੱਚ ਜਾਂ ਨਿਊਜ਼ਪੇਪਰ ਦੇ ਵਿੱਚ ਲਿਖਣ ਦੀ ਆਰਟ ਨੂੰ ਕੀ ਕਹਿੰਦੇ ਆ ਜਰਨਲਿਜ਼ਮ ਜਰਨਲਿਜ਼ਮ ਐਨ ਅ ਅਬੈਂਡਨਟ ਚਾਈਲਡ ਆਫ ਅ ਨਾਉਨ ਪੇਰੈਂਟਸ ਇਜ਼ ਫਾਊਂਡਡ ਬਾਈ ਸਮਬਾਡੀ ਠੀਕ ਹੈ ਅਬੈਂਡਨ ਮਤਲਬ ਕਾ ਉਹ ਕਿਡਨਾਪ ਹੋਇਆ ਬੱਚਾ ਜਾਂ ਕਿਸੇ ਅਨਾਉਨ ਪੇਰੈਂਟਸ ਦਾ ਕਿਸੇ ਦੁਆਰਾ ਮਿਲ ਜਾਂਦਾ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਫਾਊਂਡਿੰਗ ਫਾਊਂਡਿੰਗ ਅ ਨੰਬਰ ਆਫ ਸ਼ਿਪਸ ਨੰਬਰ ਆਫ ਸ਼ਿਪਸ ਫਲੀਟ ਨੰਬਰ ਆਫ ਸ਼ਿਪਸ ਨੂੰ ਕੀ ਬੋਲਦੇ ਆ ਫਲੀਟ ਆ ਟੈਸਟ ਇਨ ਵਿੱਚ ਸੈਲਸ ਫਰੋਮ ਡਿਸੀਜ਼ਡ ਆਰਗਨ ਆਰ ਰਿਮੂਵਡ ਐਂਡ ਟੈਸਟਡ ਮਤਲਬ ਕੋਈ ਆਰਗਨ ਰਿਮੂਵਡ ਕੀਤਾ ਜਾਂਦਾ ਠੀਕ ਹੈ ਤਾਂ ਉਹਨੂੰ ਆਪਾਂ ਕੀ ਬੋਲਦੇ ਐ ਬਾਇਓਪਸੀ ਬਾਇਓਪਸੀ ਆ ਫੋਰਨਰ ਹੂ ਸੈਟਲਡ ਇਨ ਕੰਟਰੀ ਮਤਲਬ ਕੋਈ ਬਾਹਰੋਂ ਆ ਕੇ ਆਪਣੀ ਕੰਟਰੀ ਸਿਲੈਕਟ ਹੋ ਜਾਵੇ ਜਾਂ ਆਪਾਂ ਜਾ ਕੇ ਬਾਹਰਲੀ ਜਿਵੇਂ ਕੋਈ ਵੀ ਦੂਜੀ ਕੰਟਰੀ ਸਿਲੈਕਟ ਹੋ ਜਾਂਦਾ ਉਹਨੂੰ ਕੀ ਬੋਲਦੇ ਐ ਇਮੀਗਰੈਂਟ ਇਮੀਗਰੈਂਟ ਜਿਵੇਂ ਹੁਣ ਆਪਣੇ ਬੱਚੇ ਕੈਨੇਡਾ ਸੈਟਲ ਹੋ ਰਹੇ ਤਾਂ ਉਹ ਕੀ ਐ ਇਮੀਗਰੈਂਟ ਡੂਇੰਗ ਸਮਥਿੰਗ ਅਕੋਰਡਿੰਗ ਟੂ ਵਾਂਸ ਫਰੀ ਵਿਲ ਜਾਣੀ ਕੋਈ ਆਪਣੀ ਮਰਜ਼ੀ ਨਾਲ ਕੋਈ ਵੀ ਕੰਮ ਕਰਦਾ ਹੋਵੇ ਤਾਂ ਉਹਨੂੰ ਆਪਾਂ ਕੀ ਬੋਲਦੇ ਆ ਵੋਲੰਟੇਰਲੀ A person who has no money to pay off debts ਇੱਕ ਬੰਦੇ ਕੋਲ ਸਾਰਾ ਪੈਸਾ ਖਤਮ ਹੋ ਗਿਆ ਆਪਣੇ ਜਾਨੀ ਕਰਜ਼ੇ ਉਤਾਰਨ ਦੇ ਲਈ ਉਹਦੇ ਤੇ ਕਰਜ਼ਾ ਬਹੁਤ ਹੈ ਪਰ ਉਹਦੇ ਕੋਲ ਪੈਸਾ ਖਤਮ ਹੋ ਗਿਆ ਇਨਸੋਲਵੈਂਟ ਤਾਂ ਇਹਦਾ ਸੈਂਟੋਨੀਅਮ ਵੀ ਯਾਦ ਰੱਖੋ ਬੈਂਕਰਪਟ ਜਿਵੇਂ ਆਪਣੇ ਕਈ ਬੰਦੇ ਬਾਹਰ ਭੱਜ ਗਏ ਵਿਦੇਸ਼ਾਂ ਦੇ ਵਿੱਚ ਠੀਕ ਹੈ ਉਹ ਕਰਜ਼ਾ ਤਾਰ ਨਹੀਂ ਸਕਦੇ ਤਾਂ ਬੈਂਕਰਪਟ ਕਹਿ ਦਿੰਦੇ ਆ ਜਾਂ ਉਹ ਆਪਾਂ ਇਨਸੋਲਵੈਂਟ ਕਹਿੰਦੇ ਆ ਵਰਡਸ ਅਟਰਡ ਇੰਪੋਸਟਲੀ ਅਬਾਊਟ ਗੋਡ ਮਤਲਬ ਕੋਈ ਗੋਡ ਬਾਰੇ ਗਲਤ ਬੋਲਦਾ ਤਾਂ ਉਹਨੂੰ ਆਪਾਂ ਕੀ ਬੋਲਦੇ ਆ ਬਲਾਸਫੇਮੀ ਠੀਕ ਹੈ ਜਿਹੜਾ ਰੱਬ ਨੂੰ ਗਲਤ ਬੋਲਦਾ 1 ਹੂ ਕੰਪਾਈਲਸ ਅ ਡਿਕਸ਼ਨਰੀ ਮਤਲਬ ਜਿਹਨੇ ਡਿਕਸ਼ਨਰੀ ਲਿਖਿਆ ਉਹਨੂੰ ਬੋਲਦੇ ਆ ਲੈਕਸੀਕੋਗ੍ਰਾਫਰ ਲੈਕਸੀਕੋਗ੍ਰਾਫਰ ਆ ਪਰਸਨ ਹੂ ਗੈਂਬਲਸ ਉਹ ਬੰਦਾ ਜੋ ਜੂਆ ਖੇਡਦਾ ਠੀਕ ਹੈ ਗਲਤ ਕੰਮ ਕਰਦਾ ਠੀਕ ਹੈ ਸੱਟਾ ਲਾਂਦਾ ਉਹਨੂੰ ਆਪਾਂ ਕੀ ਬੋਲਦੇ ਆ ਪੰਟਰ ਪੰਟਰ ਜਿਹੜਾ ਜੂ ਆ ਖੇਡਦਾ ਉਹਨੂੰ ਆਪਾਂ ਕੀ ਬੋਲਦੇ ਆ ਪੰਟਰ ਇਸ ਤਰ੍ਹਾਂ ਅੱਜ ਦਾ ਸਾਡਾ ਪਹਿਲਾ ਪਾਰਟ 1 ਵਰਡ ਸਬਸਟੀਟਿਊਸ਼ਨ ਦਾ ਖਤਮ ਹੁੰਦਾ ਥੈਂਕਸ ਫॉर ਵਾਚਿੰਗ ਐਂਡ ਸਬਸਕ੍ਰਾਈਬ ਦਾ ਚੈਨਲ ਇਹ ਜੀ ਵੀਡੀਓ ਹੋਰ ਲੈ ਕੇ ਆਵਾਂਗੇ ਥੈਂਕਸ ਫॉर ਵਾਚਿੰਗ